ਸੀਐਮ ਦਾ ਕੱਲ ਸ਼ਾਮ ਕੋ ਸੂਚਨਾ ਆਈ ਹੈ, ਉਹ ਆਏਗੇ ਆਏ ਹਮੇ ਬੜੀ ਖੁਸ਼ੀ ਹੋਈ ਹੈ। ਪੰਜਾਬ ਕੇ ਮੁੱਖ ਮੰਤਰੀ ਆਏ ਹੈ, ਅੱਛਾ ਹੀ ਲੱਗਦਾ ਨਾ। ਲੇਕਿਨ ਮੈਂ ਤਾਂ ਬਾਰ ਬਾਰ ਕਹਿ ਰਿਹਾ ਕਿ ਮੁੱਖ ਮੰਤਰੀ ਪ੍ਰਬੰਧਨ ਨਾ ਹਮਾਰੀ ਚਲਦੀ ਹੈ, ਰੋਕੇ ਨਾ ਲੋਕੋ ਕੋ ਰੋਕੇ, ਯੇ ਫੰਕਸ਼ਨ ਗਾਂਧੀ ਕਾ ਹੈ। ਅਗਰ ਪੁਲਿਸ ਨੇ ਰੋਕ ਲਿਆ ਕੇਵਲ ਮੰਤਰੀਓ ਕਾ ਫੰਕਸ਼ਨ ਨਹੀਂ ਹੈ, ਉਹਨਾਂ ਨੇ ਹਮੇ ਸਹਿਯੋਗ ਕੀਆ ਹੈ। ਰਾਵਣ ਬਣ ਗਿਆ, ਕਮੰਡੀ ਹੈ, ਦੁਰਾਚਾਰੀ ਹੈ, ਭ੍ਰਿਸ਼ਟਾਚਾਰੀ ਹੈ, ਉਹ ਤਾਂ ਰਾਵਣ ਨੂੰ ਨਮਸਤੇ ਸਲੂਟ ਕਰਨ ਤੇ ਚਲੇ ਜਾਣ। ਜਿਹੜੇ ਰਾਮ ਜੀ ਬਣ ਗਏ ਉਹ ਇੱਥੇ ਰਹਿਣ। ਇਹ ਮੇਰੀ ਪ੍ਰਾਰਥਨਾ ਅੱਜ ਵੀ ਹੈ, ਅੱਗੇ ਤੋਂ ਵੀ ਹੈ ਕਿ ਕੋਈ ਲੋਕ ਇੱਥੇ ਆਉਂਦੇ ਹਨ, ਲੜੀਆਂ ਵੀ ਛੱਡਦੇ ਹੈ ਔਰ ਮਾਸ ਮਛਲੀ ਵੀ ਖਾਂਦੇ ਹੈ, ਮਾਲਿਸ਼ ਕੇਂਦਰਾਂ ਤੇ ਥਾਈਲੈਂਡ ਦੀਆਂ ਕੁੜੀਆਂ ਕੋਲੋਂ ਮਾਲਸ਼ਾਂ ਵੀ ਕਰਾਉਂਦੇ ਹੈ। ਉਹਨਾਂ ਨੂੰ ਕੋਈ ਅਧਿਕਾਰ ਨਹੀਂ ਆ ਕੇ ਕਿ ਰਾਵਣ ਪਬਲਿਕ ਹਮੇਸ਼ਾ ਮੇਲੇ ਮੇ ਜਬ ਆਧੇ ਘੰਟੇ ਮੇ 20-25 ਹਜ਼ਾਰ ਲੋਕ ਆਏਗੇ, ਪਬਲਿਕ ਬਚਾਰੀ ਤੰਗ ਹੋਤੀ ਹੈ। ਜਬ ਹਮਾਰੇ ਪਾਸ ਕੋਈ ਆਡੀਟੋਰੀਅਮ ਹੈ, ਇਸ ਗਰਾਊਂਡ ਕੋ ਸਾਫ ਕਰਨੇ ਕੇ ਲੀਏ ਆਦਮੀ ਸੇ ਲੈਣਾ ਪੜਦਾ ਹੈ ਕਿ ਆਦਮੀ ਦੀ ਜ਼ਮੀਨ ਹੈ, ਆਪਣੇ ਸੋੜੇ ਕੇ ਨਹੀਂ ਬਣਾਉਣੇ ਦੇਤੇ, ਹਮ ਕਿਆ ਕਰੇ। ਭੀੜ ਸਾਡੇ ਆਈ ਹੈ, ਅਸੀਂ ਅੱਜ ਤੱਕ, ਅੱਜ ਮੇਰੀ ਉਮਰ 44 ਸਾਲ ਹੈ, ਹੁਣ 34 ਸਾਲ ਤੋਂ ਜ਼ਿਆਦਾ ਹੋ ਗਿਆ। ਮੰਤਰੀ।